ਤੁਸੀਂ ਅਕਸਰ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਜਾਂ ਫਿਰ ਹੋਰ ਥਾਵਾਂ ਦੇ ਉੱਤੇ ਚੋਰੀ ਦੀਆਂ ਵਾਰਦਾਤਾਂ ਬਾਰੇ ਸੁਣਿਆ ਹੋਵੇਗਾ, ਪਰ ਕੀ ਕਦੇ ਤੁਸੀਂ ਸੁਣਿਆ ਕਿ ਚੋਰਾਂ ਦੇ ਵੱਲੋਂ ਇੱਕ ਵਿਧਾਇਕ ਦੇ ਦਫ਼ਤਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ? ਹਾਲਾਂਕਿ ਨਿਸ਼ਾਨਾ ਹੀ ਨਹੀਂ, ਸਗੋਂ ਅੰਦਰ ਲੱਗੀ ਹੋਈ ਬਿਜਲੀ ਦੀ ਵਾਇਰਿੰਗ ਨੂੰ ਵੀ ਉਖਾੜ ਕੇ ਆਪਣੇ ਨਾਲ ਲੈ ਗਏ ਨੇ ਅਤੇ ਏਸੀ ਪੱਖੇ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨੂੰ ਤਾਂ ਲੈ ਕੇ ਜਾਣਾ ਹੀ ਸੀ, ਪਰ ਨਾਲ ਹੀ ਉਹਨਾਂ ਨੇ ਜੋ ਬੱਲਬ ਵਾਲੇ ਹੋਲਡਰ ਸੀ ਉਹ ਵੀ ਉਤਾਰ ਕੇ ਆਪਣੇ ਨਾਲ ਹੀ ਲੈ ਗਏ ਨੇ। ਤਾਂ ਦੱਸ ਦਈਏ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਚੋਰਾਂ ਦੇ ਵੱਲੋਂ ਬੇਖੌਫ ਹੋ ਕੇ ਇੱਕ MLA ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ। ਏਸੀ ਪੱਖੇ ਦੇ ਨਾਲ ਨਾਲ ਬਾਥਰੂਮ ਦੇ ਵਿੱਚ ਲੱਗੀਆਂ ਟੂਟੀਆਂ ਤੱਕ ਉਤਾਰ ਕੇ ਉਹ ਆਪਣੇ ਨਾਲ ਲੈ ਗਏ ਨੇ ਅਤੇ ਮੌਕੇ ਦੇ ਉੱਤੇ ਪਹੁੰਚੇ ਵਿਧਾਇਕ ਸਾਹਿਬ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਦਫ਼ਤਰ ਦਾ ਹਾਲ ਦੇਖ ਕੇ ਉਹਨਾਂ ਦੇ ਆਪਣੇ ਵੀ ਹੋਸ਼ ਉੱਡ ਗਏ। ਤਾਂ ਦੱਸ ਦਈਏ ਕਿ ਬੇਖੌਫ ਚੋਰਾਂ ਦੇ ਵੱਲੋਂ ਜਿੱਥੇ ਆਮ ਘਰਾਂ ਨੂੰ, ਦੁਕਾਨਾਂ ਨੂੰ, ਹੋਰ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਉੱਥੇ ਹੀ ਹੁਣ ਵਿਧਾਇਕ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਵਿਧਾਇਕ ਦੇ ਦਫ਼ਤਰ ਦੇ ਵਿੱਚ ਉਹਨਾਂ ਨੇ ਛੱਡਿਆ ਹੀ ਕੁਝ ਨਹੀਂ, ਜਿੱਥੇ ਉਹਨਾਂ ਨੇ AC ਪੱਖੇ ਬੱਲਬ ਦੇ ਹੋਲਡਰ ਅਤੇ ਬੱਲਬ ਲਾਈਟਾਂ ਸਮੇਤ ਟੂਟੀਆਂ ਵੀ ਜੋ ਬਾਥਰੂਮ ਦੇ ਵਿੱਚ ਲੱਗੀਆਂ ਸੀ ਉਸ ਨੂੰ ਵੀ ਆਪਣੇ ਨਾਲ ਹੀ ਉਤਾਰ ਕੇ ਲੈ ਗਏ ਨੇ। ਤਾਂ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ। ਤਾਂ ਤਰਨ ਤਾਰਨ ਤੋਂ ਵਿਧਾਇਕ ਨੇ ਡਾਕਟਰ ਕਸ਼ਮੀਰ ਸਿੰਘ ਸੋਹਲ ਉਹਨਾਂ ਦੇ ਦਫ਼ਤਰ ਦੇ ਵਿੱਚ ਚੋਰਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਬੀਤੀ ਰਾਤ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਦੋਂ ਚੋਰਾਂ ਨੇ ਇੱਕ ਵਿਧਾਇਕ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਅਤੇ ਨਿਸ਼ਾਨੇ ਦੇ ਨਾਲ ਨਾਲ ਉਸ ਦਫ਼ਤਰ ਦੇ ਵਿੱਚ ਛੱਡਿਆ ਹੀ ਕੁਛ ਨਹੀਂ ਅਤੇ ਹੁਣ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਚੋਰੀ ਦੀ ਵਾਰਦਾਤ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇ ਚੋਰਾਂ ਦੇ ਵੱਲੋਂ ਇੱਕ ਵਿਧਾਇਕ ਦੇ ਦਫ਼ਤਰ ਨੂੰ ਹੀ ਨਹੀਂ ਛੱਡਿਆ ਜਾ ਰਿਹਾ ਤਾਂ ਬਾਕੀ ਆਮ ਲੋਕਾਂ ਦੇ ਘਰਾਂ ਨੂੰ ਇਹਨਾਂ ਨੇ ਕੀ ਛੱਡਣਾ ਹੈ। ਹਾਲਾਂਕਿ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਅਕਸਰ ਹੁਣ ਇਹਨਾਂ ਚੋਰਾਂ ਨੂੰ ਕਦੋਂ ਅਤੇ ਕਿਵੇਂ ਕਾਬੂ ਕਰਦੀ ਹੈ। ਤੁਸੀਂ ਅਕਸਰ ਘਰਾਂ ਦੇ ਵਿੱਚ, ਦੁਕਾਨਾਂ ਦੇ ਵਿੱਚ ਜਾਂ ਫਿਰ ਹੋਰ ਥਾਵਾਂ ਦੇ ਉੱਤੇ ਚੋਰੀ ਦੀਆਂ ਵਾਰਦਾਤਾਂ ਬਾਰੇ ਸੁਣਿਆ ਹੋਵੇਗਾ, ਪਰ ਕੀ ਕਦੇ ਤੁਸੀਂ ਸੁਣਿਆ ਕਿ ਚੋਰਾਂ ਦੇ ਵੱਲੋਂ ਇੱਕ ਵਿਧਾਇਕ ਦੇ ਦਫ਼ਤਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ? ਹਾਲਾਂਕਿ ਨਿਸ਼ਾਨਾ ਹੀ ਨਹੀਂ, ਸਗੋਂ ਅੰਦਰ ਲੱਗੀ ਹੋਈ ਬਿਜਲੀ ਦੀ ਵਾਇਰਿੰਗ ਨੂੰ ਵੀ ਉਖਾੜ ਕੇ ਆਪਣੇ ਨਾਲ ਲੈ ਗਏ ਨੇ ਅਤੇ AC ਪੱਖੇ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨੂੰ ਤਾਂ ਲੈ ਕੇ ਜਾਣਾ ਹੀ ਸੀ, ਪਰ ਨਾਲ ਹੀ ਉਹਨਾਂ ਨੇ ਜੋ ਬੱਲਬ ਵਾਲੇ ਹੋਲਡਰ ਸੀ ਉਹ ਵੀ ਉਤਾਰ ਕੇ ਆਪਣੇ ਨਾਲ ਹੀ ਲੈ ਗਏ ਨੇ। ਤਾਂ ਦੱਸ ਦਈਏ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਚੋਰਾਂ ਦੇ ਵੱਲੋਂ ਬੇਖੌਫ ਹੋ ਕੇ ਇੱਕ MLA ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ। AC ਪੱਖੇ ਦੇ ਨਾਲ ਨਾਲ ਬਾਥਰੂਮ ਦੇ ਵਿੱਚ ਲੱਗੀਆਂ ਟੂਟੀਆਂ ਤੱਕ ਉਤਾਰ ਕੇ ਉਹ ਆਪਣੇ ਨਾਲ ਲੈ ਗਏ ਨੇ ਅਤੇ ਮੌਕੇ ਦੇ ਉੱਤੇ ਪਹੁੰਚੇ ਵਿਧਾਇਕ ਸਾਹਿਬ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਦਫ਼ਤਰ ਦਾ ਹਾਲ ਦੇਖ ਕੇ ਉਹਨਾਂ ਦੇ ਆਪਣੇ ਵੀ ਹੋਸ਼ ਉੱਡ ਗਏ। ਤਾਂ ਦੱਸ ਦਈਏ ਕਿ ਬੇਖੌਫ ਚੋਰਾਂ ਦੇ ਵੱਲੋਂ ਜਿੱਥੇ ਆਮ ਘਰਾਂ ਨੂੰ, ਦੁਕਾਨਾਂ ਨੂੰ, ਹੋਰ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਉੱਥੇ ਹੀ ਹੁਣ ਵਿਧਾਇਕ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਵਿਧਾਇਕ ਦੇ ਦਫ਼ਤਰ ਦੇ ਵਿੱਚ ਉਹਨਾਂ ਨੇ ਛੱਡਿਆ ਹੀ ਕੁਝ ਨਹੀਂ, ਜਿੱਥੇ ਉਹਨਾਂ ਨੇ AC ਪੱਖੇ ਬੱਲਬ ਦੇ ਹੋਲਡਰ ਅਤੇ ਬੱਲਬ ਲਾਈਟਾਂ ਸਮੇਤ ਟੂਟੀਆਂ ਵੀ ਜੋ ਬਾਥਰੂਮ ਦੇ ਵਿੱਚ ਲੱਗੀਆਂ ਸੀ ਉਸ ਨੂੰ ਵੀ ਆਪਣੇ ਨਾਲ ਹੀ ਉਤਾਰ ਕੇ ਲੈ ਗਏ ਨੇ। ਤਾਂ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ। ਤਾਂ ਤਰਨ ਤਾਰਨ ਤੋਂ ਵਿਧਾਇਕ ਨੇ ਡਾਕਟਰ ਕਸ਼ਮੀਰ ਸਿੰਘ ਸੋਹਲ ਉਹਨਾਂ ਦੇ ਦਫ਼ਤਰ ਦੇ ਵਿੱਚ ਚੋਰਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਬੀਤੀ ਰਾਤ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਦੋਂ ਚੋਰਾਂ ਨੇ ਇੱਕ ਵਿਧਾਇਕ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਅਤੇ ਨਿਸ਼ਾਨੇ ਦੇ ਨਾਲ ਨਾਲ ਉਸ ਦਫ਼ਤਰ ਦੇ ਵਿੱਚ ਛੱਡਿਆ ਹੀ ਕੁਛ ਨਹੀਂ ਅਤੇ ਹੁਣ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਚੋਰੀ ਦੀ ਵਾਰਦਾਤ ਤੋਂ ਸਾਫ਼
ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇ ਚੋਰਾਂ ਦੇ ਵੱਲੋਂ ਇੱਕ ਵਿਧਾਇਕ ਦੇ ਦਫ਼ਤਰ ਨੂੰ ਹੀ ਨਹੀਂ ਛੱਡਿਆ ਜਾ ਰਿਹਾ ਤਾਂ ਬਾਕੀ ਆਮ ਲੋਕਾਂ ਦੇ ਘਰਾਂ ਨੂੰ ਇਹਨਾਂ ਨੇ ਕੀ ਛੱਡਣਾ ਹੈ। ਹਾਲਾਂਕਿ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਅਕਸਰ ਹੁਣ ਇਹਨਾਂ ਚੋਰਾਂ ਨੂੰ ਕਦੋਂ ਅਤੇ ਕਿਵੇਂ ਕਾਬੂ ਕਰਦੀ ਹੈ।